हेलो स्टूडेंट, वेलकम टू योर चैनल यूएस एकेडमी। आई एम रमन। लास्ट वीडियो से सी डिस्कस कर रहे सी चैप्टर लाइट रिफ्लेक्शन एंड रिफ्रैक्शन। उदे चे सी पढ़िया कि लाइट की हुंदी है, ठीक है। फिर रिफ्लेक्शन असी पढ़िया कि रिफ्लेक्शन कितने रिफ्लेक्शन हुंदी की है कि जदों इंसीडेंट रे फॉल करके बाउंस बैक होके उसे मीडियम च वापस चल जाती है, दैट इज कॉल्ड द रिफ्लेक्शन ऑफ लाइट, ठीक है। रिफ्लेक्शन पढ़ी, फिर उदे असी दो टाइप्स पढ़िया। फर्स्ट इज रेगुलर रिफ्लेक्शन, नेक्स्ट इज इरेगुलर रिफ्लेक्शन। रेगुलर रिफ्लेक्शन कदों हुंदी है, जदों साडी पैरलर बीम ऑफ लाइट आंदा है ते पैरलर ही वापस जांदा रिफ्लेक्ट होके, दैट इज कॉल्ड द रेगुलर रिफ्लेक्शन। कदों हुंदी है, जदों साडे कोल की होवे स्मूथ सरफेस होवे। स्मूथ इन द सेंस असी लै सकदे हां मिरर, ठीक है। मिरर स्मूथ हुंदा ना, उहदे ते जिहड़ी रिफ्लेक्शन होएगी उहनूं असी कहांगे रेगुलर रिफ्लेक्शन, ठीक है। नेक्स्ट असी टाइप उहदी पढ़ी सी सेकंड, दैट इज कॉल्ड द इररेगुलर रिफ्लेक्शन। इररेगुलर रिफ्लेक्शन कदों होएगी, जदों साडे कोल कोई रफ सरफेस होएगी। फॉर एग्जाम्पल बुक लै लो, जिदा मेरे हथ च डस्टर आ, डस्टर भी की एक रफ सरफेस हैगी है, ठीक है। मीन्स इहदे च की होएगा, पैरलर बीम ऑफ लाइट तां इंसीडेंट करेगा बट आफ्टर रिफ्लेक्शन उह पैरलर नहीं रहेगा, ठीक है, ड्यू टू उहदी रफ सरफेस दा करके। ਉਹਨੂੰ ਅਸੀਂ ਕੀ ਬੋਲਦੇ ਹਾਂ, ਇਰੈਗੂਲਰ ਰਿਫਲੈਕਸ਼ਨ। ਨੈਕਸਟ ਅਸੀਂ ਦੋ ਲਾਸਟ ਪੜ੍ਹੇ ਸੀ ਰਿਫਲੈਕਸ਼ਨ ਦੇ। ਫਸਟ ਕੀ ਸੀ ਕਿ ਜਿੰਨੇ ਐਂਗਲ ਤੇ ਲਾਈਟ ਸਟ੍ਰਾਈਕ ਕਰਦੀ ਆ ਉਹਨੇ ਤੇ ਹੀ ਰਿਫਲੈਕਟ ਹੋ ਕੇ ਵਾਪਸ ਕਰਦੀ ਆ, ਦੈਟ ਇਜ਼ ਐਂਗਲ ਆਫ ਇੰਸੀਡੈਂਸ ਇਜ਼ ਆਲਵੇਜ਼ ਇਕੁਅਲ ਟੂ ਦਾ ਐਂਗਲ ਆਫ ਰਿਫਲੈਕਸ਼ਨ, ਠੀਕ ਹੈ। ਨੈਕਸਟ ਅਸੀਂ ਕੀ ਪੜ੍ਹਿਆ ਸੀ, ਸੈਕਿੰਡ ਲਾ, ਇੰਸੀਡੈਂਟ ਰੇ ਨਾਰਮਲ ਐਂਡ ਰਿਫਲੈਕਟਡ ਰੇ ਆਲ ਲਾਈ ਇਨ ਦਾ ਸੇਮ ਪਲੇਨ, ਠੀਕ ਹੈ। ਇਹ ਸਾਰਾ ਕੁਝ ਅਸੀਂ ਰਿਫਲੈਕਸ਼ਨ ਬਾਰੇ ਪੜ੍ਹਿਆ ਸੀ। ਅੱਜ ਹੁਣ ਅਸੀਂ ਰਿਫਲੈਕਸ਼ਨ ਦੀਆਂ ਆਪਣੀ ਡੇਲੀ ਲਾਈਫ ਦੇ ਵਿੱਚ ਕੀ ਐਪਲੀਕੇਸ਼ਨਸ ਹੈਗੀਆਂ ਆ ਉਹਨਾਂ ਬਾਰੇ ਡਿਸਕਸ ਕਰਾਂਗੇ। ਹੁਣ ਤੁਸੀਂ ਸਾਰੇ ਜਣੇ ਪਲੇਨ ਮਿਰਰ ਦੇ ਫੈਮਿਲੀਅਰ ਹੀ ਹੋਏਗੇ, ਕਿਉਂਕਿ ਤੁਹਾਨੂੰ ਪਤਾ ਸਾਡੇ ਸਾਰੇ ਘਰਾਂ ਦੇ ਵਿੱਚ ਜਿਹੜਾ ਮਿਰਰ ਲੱਗਾ ਹੁੰਦਾ ਹੈ, ਜਿਹਦੇ 'ਚ ਤੁਸੀਂ ਖੜ ਕੇ ਤਿਆਰ ਹੁੰਦੇ ਹੋ, ਠੀਕ ਹੈ, ਆਪਣਾ ਚਿਹਰਾ ਦੇਖਦੇ ਹੋ, ਉਹ ਮਿਰਰ ਕਿਹੜਾ ਹੁੰਦਾ ਆ, ਪਲੇਨ ਮਿਰਰ, ਠੀਕ ਹੈ। ਹੁਣ ਅਸੀਂ ਦੇਖਾਂਗੇ ਉਹ ਪਲੇਨ ਮਿਰਰ ਦੇ ਵਿੱਚ ਕਿਵੇਂ ਰਿਫਲੈਕਸ਼ਨ ਹੁੰਦੀ ਆ, ਠੀਕ ਹੈ, ਤੇ ਉਹਦੇ ਵਿੱਚ ਜਿਹੜਾ ਸਾਡਾ ਚਿਹਰਾ ਦਿਖਾਈ ਦਿੰਦਾ ਆ ਜਾਂ ਸਾਡਾ ਕੋਈ ਵੀ ਓਬਜੈਕਟ ਆ ਜਿਹੜਾ ਉਹਦੇ ਅਸੀਂ ਸਾਹਮਣੇ ਰੱਖਦੇ ਮਿਰਰ ਦੇ, ਉਹਦੀ ਇਮੇਜ ਜਿਹੜੀ ਆ ਮਿਰਰ ਦੇ ਵਿੱਚ ਬਣਦੀ ਆ, ਉਹ ਕਿਵੇਂ ਬਣਦੀ ਆ, ਉਹ ਅਸੀਂ ਅੱਜ ਦੇਖਾਂਗੇ। ਉਹ ਕੀ ਹੈਗੀ ਆ, ਰਿਫਲੈਕਸ਼ਨ ਦੀ ਹੀ ਐਪਲੀਕੇਸ਼ਨ ਹੈਗੀ ਆ, ਠੀਕ ਹੈ। ਉਸ ਤੋਂ ਬਾਅਦ ਅਸੀਂ ਮਿਰਰ ਬਾਰੇ ਪੜਾਂਗੇ, ਠੀਕ ਹੈ। ਇੱਕ ਤਾਂ ਆ ਗਿਆ ਪਲੇਨ ਮਿਰਰ, ਠੀਕ ਹੈ। ਸੈਕਿੰਡ ਕੀ ਹੁੰਦਾ ਹੈ, ਸਫੈਰੀਕਲ ਮਿਰਰ। ਸਫੈਰੀਕਲ ਮਿਰਰ ਦੀਆਂ ਵੀ ਦੋ ਟਾਈਪਸ ਹੁੰਦੀਆਂ ਆ, ਕਨਕੇਵ ਮਿਰਰ ਐਂਡ ਕਨਵੈਕਸ ਮਿਰਰ, ਠੀਕ ਹੈ। ਉਹ ਅਸੀਂ ਸਾਰਾ ਪੜਾਂਗੇ। ਫਸਟ ਅਸੀਂ ਪੜ੍ਹਦੇ ਆ ਪਲੇਨ ਮਿਰਰ। ਪਲੇਨ ਮਿਰਰ ਨੂੰ ਅਸੀਂ ਇਸ ਤਰ੍ਹਾਂ ਦੀ ਮਤਲਬ ਕਿ ਰਿਪ੍ਰੈਜ਼ੈਂਟ ਕਰਦੇ ਆ, ਠੀਕ ਹੈ। ਮੰਨ ਲਓ ਲਾਈਨ ਆ ਇਹਦੀ, ਇਹ ਵਾਲੀ ਸਰਫੇਸ ਪੋਲਿਸ਼ਡ ਹੈਗੀ ਆ, ਇਹਦੇ ਸਾਹਮਣੇ ਮੈਂ ਕੋਈ ਵੀ ਓਬਜੈਕਟ ਰੱਖਿਆ, ਮੰਨ ਲਓ ਮੈਂ ਕੈਂਡਲ ਰੱਖੀ ਹੈ, ਇਹਨੂੰ ਕੋਈ ਵੀ ਓਬਜੈਕਟ ਕਹਿ ਸਕਦੇ ਹੋ, ਠੀਕ ਹੈ। ਮਿਰਰ ਦੇ ਸਾਹਮਣੇ ਮੈਂ ਕੀ ਆ, ਇੱਕ ਓਬਜੈਕਟ ਰੱਖਤਾ ਆ। ਹੁਣ ਇਹਦੀ ਇਮੇਜ ਕਿਵੇਂ ਬਣਦੀ ਆ ਉਹ ਅਸੀਂ ਦੇਖਾਂਗੇ, ਠੀਕ ਹੈ। ਹੁਣ ਦੇਖੋ ਇਹ ਲਾਈਟ ਆਈ, ਰਿਫਲੈਕਟ ਹੋ ਕੇ ਵਾਪਸ ਚਲੇ ਗਈ, ਠੀਕ ਹੈ। ਇੱਕ ਹੋਰ ਲਾਈਟ ਆਈ, ਉਹ ਰਿਫਲੈਕਟ ਹੋ ਕੇ ਵਾਪਸ ਚਲ ਗਈ, ਤੇ ਇੱਥੇ ਮੈਨੂੰ ਇਹਦੀ ਇਮੇਜ ਜਿਹੜੀ ਹੈ ਦਿਖਾਈ ਦੇਗੀ। ਹੁਣ ਤੁਸੀਂ ਦੇਖੋਗੇ ਕਿ ਇਹ ਲਾਈਟ ਆਈ ਆ ਤੇ ਇਹਦੀ ਇਮੇਜ ਕਿਵੇਂ ਸਾਨੂੰ ਦਿਖਾਈ ਦੇਗੀ। ਹੁਣ ਇਮੇਜ ਹਮੇਸ਼ਾ ਉਦੋਂ ਹੀ ਬਣਦੀ ਆ ਜਦੋਂ, ਇਮੇਜ ਕਿੱਦਾਂ ਬਣਦੀ ਆ ਕਿ ਜਦੋਂ ਆਫਟਰ ਰਿਫਲੈਕਸ਼ਨ ਦੋ ਰੇਜ਼ ਕਿਸੇ ਪੁਆਇੰਟ ਤੇ ਮੀਟ ਕਰਦੀਆਂ ਆ, ਉਸ ਪੁਆਇੰਟ ਤੇ ਸਾਡੇ ਕੋਲ ਕੀ ਬਣਦੀ ਆ, ਇਮੇਜ ਬਣਦੀ ਆ, ਠੀਕ ਹੈ। ਆਫਟਰ ਰਿਫਲੈਕਸ਼ਨ ਜਿਹੜੀਆਂ ਰੇਜ਼ ਵਾ ਉਹ ਮੀਟ ਕਰਨ, ਠੀਕ ਹੈ। ਜਿਸ ਪੁਆਇੰਟ ਤੇ ਆਫਟਰ ਰਿਫਲੈਕਸ਼ਨ ਰੇਜ਼ ਮੀਟ ਕਰਦੀਆਂ, ਮੀਨਸ ਮਿਲਦੀਆਂ ਆ, ਉਸ ਪੁਆਇੰਟ ਤੇ ਮੇਰੇ ਤੋਂ ਕੀ ਬਣਦੀ ਆ, ਇਮੇਜ ਬਣਦੀ ਆ, ਠੀਕ ਹੈ। ਹੁਣ ਤੁਸੀਂ ਇੱਥੇ ਦੇਖ ਕੇ ਕਰੋਗੇ ਕਿ ਆਹ ਲਾਈਟ ਆਈ ਆ, ਇੰਸੀਡੈਂਟ ਕੀਤੀ ਆ, ਰਿਫਲੈਕਟ ਹੋ ਗਿਆ, ਆਈਸ 'ਚ ਗਈ ਆ, ਇਹ ਤਾਂ ਮੀਟ ਹੀ ਨਹੀਂ ਕੀਤੀਆਂ, ਤੇ ਫਿਰ ਇਹਦੀ ਇਮੇਜ ਕਿਵੇਂ ਬਣੇਗੀ। ਹੁਣ ਦੇਖੋ ਮੈਂ ਇੱਥੇ ਖੜੀ ਆ ਤੇ ਇਹਦੀ ਇਮੇਜ ਕਿੱਦਾਂ ਮੈਂ ਇਹਨੂੰ ਕੀ ਕੀਤਾ, ਬੈਕਵਰਡ ਨੂੰ ਐਕਸਟੈਂਡ ਕਰਾਤਾ, ਠੀਕ ਹੈ। ਬੈਕਵਰਡ ਨੂੰ ਐਕਸਟੈਂਡ ਕਰਾ ਕੇ ਜਿਸ ਪੁਆਇੰਟ ਤੇ ਦੇਖੋ ਇਸ ਪੁਆਇੰਟ ਤੇ ਮੀਟ ਕਰ ਗਈਆਂ ਦੋਨੋਂ ਰੇਜ਼, ਤੇ ਇਸ ਪੁਆਇੰਟ ਤੇ ਮੇਰੇ ਤੋਂ ਕੀ ਬਣ ਜਾਣੀ ਆ, ਇਹ ਕੈਂਡਲ ਦੀ ਇਮੇਜ ਬਣ ਜਾਣੀ ਆ। ਲੱਗੀ ਸਮਝ ਕੇ ਨਹੀਂ, ਆਫਟਰ ਰਿਫਲੈਕਸ਼ਨ। ਹੁਣ ਦੇਖੋ ਇਹ ਤਾਂ ਜਿਹੜੀ ਰੇ ਆਈ ਸੀ ਇਹ ਤਾਂ ਡਿਵਰਜ ਕਰ ਰਹੀਆਂ ਸੀ, ਠੀਕ ਹੈ, ਮੀਨਸ ਇੱਕ ਪੁਆਇੰਟ ਤੇ ਮੀਟ ਨਹੀਂ ਕਰ ਰਹੀਆਂ ਸੀ। ਬਟ ਜਦੋਂ ਅਸੀਂ ਮਿਰਰ ਦੇ ਸਾਹਮਣੇ ਖੜੇ ਹੋ ਕੇ ਦੇਖਦੇ ਆ ਤਾਂ ਸਾਨੂੰ ਉਹ ਕੀ ਹੁੰਦੀਆਂ, ਜਿਹੜੀਆਂ ਰੇਸ ਆ ਪਿੱਛੇ ਜਾ ਕੇ ਇੱਕ ਪੁਆਇੰਟ ਤੇ ਜਾ ਕੇ ਮੀਟ ਕਰ ਜਾਂਦੀਆਂ ਆ, ਠੀਕ ਹੈ। ਜਿਸ ਪੁਆਇੰਟ ਤੇ ਜਾ ਕੇ ਉਹ ਮੀਟ ਕਰਦੀਆਂ ਆ ਉੱਥੇ ਮੇਰੇ ਤੋਂ ਕੀ ਬਣ ਜਾਂਦੀ ਆ, ਇਮੇਜ ਬਣਦੀ ਆ, ਠੀਕ ਹੈ। ਮੀਨਸ ਇਸ ਕੇਸ ਦੇ ਵਿੱਚ ਵੀ ਦੇਖ ਲਓ, ਇਹ ਰੇ ਆਈਆਂ ਆ, ਆਫਟਰ ਰਿਫਲੈਕਸ਼ਨ ਮੇਰੀ ਆਈਸ 'ਚ ਗਈਆਂ, ਬਟ ਉਹ ਆਪਣੇ ਆਪ ਮੀਟ ਨਹੀਂ ਹੋਈਆਂ, ਉਹ ਜਦੋਂ ਬੈਕਵਰਡ ਨੂੰ ਐਕਸਟੈਂਡ ਹੋ ਕੇ ਇੱਕ ਪੁਆਇੰਟ ਤੇ ਜਿੱਥੇ ਜਾ ਕੇ ਉਹ ਮੀਟ ਕਰਦੀਆਂ ਉੱਥੇ ਜਾ ਕੇ ਉਹਦੀ ਇਮੇਜ ਬਣ ਜਾਂਦੀ ਆ, ਠੀਕ ਹੈ। ਹੁਣ ਜਿਹੜੀ ਆ ਪਲੇਨ ਇਮੇਜ ਮਿਰਰ ਦੇ ਵਿੱਚ ਜਿਹੜੀ ਇਮੇਜ ਬਣਦੀ ਆ
करैक्टरिस्टिक्स है गया, ठीक है। फर्स्ट देखो जिड्डा साइज हुंदा है इमेज दा ऑब्जेक्ट दा उन्ने ही साइज दी साडे कोल की आ इमेज बनदी है। ए थोड़ी कि तुसी मिरर दे विच छोटे हो ते तुसी वड्डे दिखाई देओगे, जे वड्डे हो ते छोटे दिखाई देओगे। मींस फर्स्ट इहदी की करैक्टरिस्टिक हैगा आ सेम साइज दी इमेज बनदी है, सेम साइज, ठीक है, सेम साइज दी जेड़ी साडी इमेज बनदी है। सेकंड की आ कि जिन्ने डिस्टेंस ते असी मिरर दे सामने हुंदे आ, ठीक है, मान लो आ मेरे तो डिस्टेंस है गाया 2 सेंटीमीटर ले लो, ठीक है, 2 नहीं ले लो 15 सेंटीमीटर मान लो मेरे तो ले है गाया, आ जेड़ा मिरर दे ऑब्जेक्ट विच कितना डिस्टेंस है गाया 50 सेंटीमीटर, देन ओदी इमेज भी मिरर दे विच ओने ही डिस्टेंस ते जाके बनेगी, ठीक है ना। मींस जिन्ने डिस्टेंस ते तुसी मिरर दे सामने खड़े हुंदे हो ओदी जेड़ी इमेज बनदी आ ऑब्जेक्ट दी ओ भी ओने ही डिस्टेंस ते जाके मिरर दे विच बनदी। तुसी देखोगे कि जिदा तुसी कोल जांदे हो तुहाडी इमेज ज्यादा वड्डी दिखाई दिंदी है, ज्यों-ज्यों तुसी दूर हुंदे जांदे हो इमेज भी छोटी हुंदी जांदी तुहाडी मिरर दे विच। दैट मीनस जिदा-जिदा ही तुहाडा डिस्टेंस वधदा जांदा है उसे तरह इमेज दा डिस्टेंस भी मिरर दे विच की आ वधदा जांदा। मीनस सेम साइज दा फर्स्ट ते असी कहता सेकंड की आ कि सेम डिस्टेंस ते बनदी है, जिन्ने डिस्टेंस ते तुसी मिरर दे सामने खड़ोगे ओने ही डिस्टेंस ते ओदी इमेज जेड़ी आ मिरर दे विच बनेगी, ठीक है। थर्ड साडी की आ लेटरली इनवर्जन, लेटरली इनवर्जन इहदा की मतलब हैगा है, हुण तुसी नोट कीता होएगा मिरर दे विच जदों तुसी खड़दे हो ਤੁਹਾਡਾ ਜਿਹੜਾ ਰਾਈਟ ਹੁੰਦਾ ਆ ਉਹ ਲੈਫਟ ਦਿਖਾਈ ਦਿੰਦਾ ਆ ਤੇ ਲੈਫਟ ਵਾਲਾ ਕੀ ਹੁੰਦਾ ਆ ਰਾਈਟ ਦਿਖਾਈ ਦਿੰਦਾ ਆ। ਇਸ ਚੀਜ਼ ਨੂੰ ਅਸੀਂ ਕੀ ਬੋਲਦੇ ਆ ਲਿਟਰਲੀ ਇਨਵਰਜਨ। ਮੀਨਸ ਤੁਹਾਡੀ ਜਿਹੜੀ ਰਾਈਟ ਚੀਜ਼ ਹੁੰਦੀ ਆ ਉਹ ਲੈਫਟ ਦਿਖਾਈ ਦਿੰਦੀ ਆ, ਜਿਹੜੀ ਲੈਫਟ ਵਾ ਉਹ ਕੀ ਆ ਰਾਈਟ ਦਿਖਾਈ ਦਿੰਦੀ ਆ। ਥਰਡ ਇਹਦਾ ਕੈਰੈਕਟਰਿਸਟਿਕਸ ਇਹ ਹੈਗਾ ਆ। ਨੈਕਸਟ ਇਹਦਾ ਫੋਰਥ ਕੀ ਹੈਗਾ ਆ ਕਿ ਜਿਹੜੀ ਇਮੇਜ ਬਣਦੀ ਆ ਉਹ ਕੀ ਹੁੰਦੀ ਆ ਵਰਚੁਅਲ ਹੁੰਦੀ ਆ ਐਂਡ ਇਰੈਕਟ ਹੁੰਦੀ ਆ। ਹੁਣ ਤੁਸੀਂ ਕਹੋਗੇ ਇਹਦਾ ਮੀਨਿੰਗ ਕੀ ਹੈਗਾ ਆ, ਇਰੈਕਟ ਦਾ ਮਤਲਬ ਕੀ ਹੁੰਦਾ ਆ ਸਿੱਧਾ, ਪੰਜਾਬੀ ਚ ਇਹਨੂੰ ਜੀ ਬੋਲ ਦਿੰਦੇ ਆ ਸਿੱਧਾ, ਠੀਕ ਹੈ। ਮੀਨਸ ਹੁਣ ਤੁਸੀਂ ਮਿਰਰ ਦੇ ਸਾਹਮਣੇ ਖੜੇ ਹੁੰਦੇ ਹੋ ਉਹ ਤੁਹਾਡੀ ਇਹ ਥੋੜੀ ਕਿ ਤੁਹਾਡਾ ਸਿਰ ਨੀਚੇ ਹੋ ਜਾਏਗਾ ਤੇ ਤੁਹਾਡੀ ਜਿਹੜੀਆਂ ਲੈਗਸ ਵਾ ਉੱਪਰ ਹੋ ਜਾਣਗੀਆਂ, ਜਿਵੇਂ ਤੁਸੀਂ ਮਿਰਰ ਦੇ ਸਾਹਮਣੇ ਖੜੇ ਹੋ ਉਹੀ ਤੁਹਾਡੀ ਇਮੇਜ ਬਣਨੀ ਹੈ ਨਾ। ਮੀਨਸ ਪਲੇਨ ਮਿਰਰ ਦੇ ਵਿੱਚ ਹਮੇਸ਼ਾ ਜਿਹੜੀ ਇਮੇਜ ਆ ਉਹ ਇਰੈਕਟ ਬਣਦੀ ਆ, ਇਰੈਕਟ ਮੀਨਸ ਸਿੱਧੀ ਬਣਦੀ ਆ। ਵਰਚੁਅਲ ਦਾ ਮਤਲਬ ਕੀ ਆ ਕਿ ਜਿਹੜੇ ਆਪਣੇ ਆਪ ਕਿ ਜਿੱਦਾਂ ਦੇਖੋ ਇਸ ਕੇਸ ਦੇ ਵਿੱਚ ਦੇਖੋ ਅਸੀਂ ਕਿਸੇ ਬੈਕਵਰਡ ਨੂੰ ਐਕਸਟੈਂਡ ਕਰਾ ਕੇ ਪੁਆਇੰਟ ਤੇ ਇੱਕ ਮੀਟ ਕਰਾਇਆ ਰੇਸ ਨੂੰ, ਠੀਕ ਹੈ, ਆਪਣੇ ਆਪ ਉਹ ਮੀਟ ਨਹੀਂ ਕੀਤੀਆਂ, ਇਹ ਬੈਕਵਰਡ ਨੂੰ ਐਕਸਟੈਂਡ ਹੋ ਕੇ ਮੀਟ ਕਰਾਇਆ ਹਾਂ, ਠੀਕ ਹੈ। ਤੇ ਦੈਨ ਜਦੋਂ ਅਸੀਂ ਇਸ ਤਰ੍ਹਾਂ ਬੈਕਵਰਡ ਨੂੰ ਐਕਸਟੈਂਡ ਹੋ ਕੇ ਜਦੋਂ ਇਮੇਜ ਬਣਦੀ ਆ ਉਹ ਇਮੇਜ ਨੂੰ ਅਸੀਂ ਕੀ ਬੋਲ ਦਿੰਦੇ ਆ ਵਰਚੁਅਲ। ਵਰਚੁਅਲ ਦਾ ਮਤਲਬ ਐਸੇ ਇਦਾਂ ਵੀ ਤੁਸੀਂ ਕਹਿ ਦਿੰਦੇ ਹੋ ਕਿ ਝੂਠਾ, ਠੀਕ ਹੈ, ਕਿ ਵਰਚੁਅਲ ਇਮੇਜ ਮੀਨਸ ਵੈਸੇ ਤੁਸੀਂ ਕਹੋਗੇ ਕਿ ਇਹ ਕਿਹੜਾ ਸੀ ਆਓ ਤੇ ਆਪਣੇ ਆਪ ਹੀ ਬਣ ਗਿਆ ਸੀ ਕਿਹੜਾ ਪਿੱਛੇ ਨੂੰ ਬੈਕ ਕਰਕੇ, ਬਟ ਉਹ ਜਦੋਂ ਤੁਸੀਂ ਦੇਖਦੇ ਹੋ ਨਾ ਫਿਰ ਤੁਹਾਨੂੰ ਪਤਾ ਲੱਗਦਾ ਹੈ, ਠੀਕ ਹੈ। ਮੀਨਸ ਜਦੋਂ ਤੁਸੀਂ ਦੇਖੋਗੇ ਇਸ ਨੂੰ ਤੇ ਤੁਹਾਨੂੰ ਲੱਗਣਾ ਕਿ ਬੈਕਵਰਡ ਨੂੰ ਐਕਸਟੈਂਡ ਹੋ ਕੇ ਇੱਥੋਂ ਇਮੇਜ ਆ ਰਹੀ ਹੈ, ਰੇਸ ਜਿਹੜੀਆਂ ਹੈ ਇੱਥੋਂ, ਵੈਸੇ ਤਾਂ ਰੇਸ ਇੱਥੋਂ ਆ ਰਹੀਆਂ ਰਿਫਲੈਕਟ ਹੋ ਕੇ ਇਦਾਂ ਪਹਿਲੇ, ਬਟ ਜਦੋਂ ਤੁਸੀਂ ਮਿਰਰ 'ਚ ਦੇਖੋਗੇ ਤੁਹਾਨੂੰ ਲੱਗਣਾ ਕਿ ਇੱਥੋਂ ਇਮੇਜ ਆ ਰਹੀ ਹੈ, ਠੀਕ ਹੈ। ਐਕਚੁਅਲ 'ਚ ਤਾਂ ਇੱਥੋਂ ਆ ਰਹੀ ਹੈ ਬਟ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਇੱਥੋਂ ਦਿਖਾਈ ਦੇਣੀ ਆ, ਠੀਕ ਹੈ। ਮੀਨਸ ਰੀਅਲ 'ਚ ਤਾਂ ਨਹੀਂ ਨਾ ਹੈਗਾ, ਇਸ ਕਰਕੇ ਇਹਨੂੰ ਅਸੀਂ ਕੀ ਬੋਲ ਦਿੰਦੇ ਆ ਵਰਚੁਅਲ ਇਮੇਜ। ਲੱਗ ਗਈ ਸਮਝ? ਇਹਦੇ ਜਿਹੜੀਆਂ ਜਿੰਨੀਆਂ ਵੀ ਤੁਹਾਡੀਆਂ ਚਾਰ ਕੈਰੈਕਟਰਿਸਟਿਕਸ ਦੱਸੇ ਆ, ਫਰਸਟ ਕੀ ਆ ਕਿ ਜਿੰਨਾ ਸਾਡੇ ਆਬਜੈਕਟ ਦਾ ਸਾਈਜ਼ ਹੁੰਦਾ ਆ ਓਨੇ ਸਾਈਜ਼ ਦੀ ਸਾਡੇ ਕੋਲ ਇਮੇਜ ਬਣਦੀ ਆ। ਸੈਕਿੰਡ ਕੀ ਆ, ਸੇਮ ਡਿਸਟੈਂਸ ਤੇ ਬਣਦੀ ਆ, ਮੰਨ ਲਓ ਤੁਸੀਂ 15 ਸੈਂਟੀਮੀਟਰ ਦੇ ਡਿਸਟੈਂਸ ਤੇ ਖੜੇ ਹੋ ਮਿਰਰ ਦੇ ਸਾਹਮਣੇ, ਇਮੇਜ ਵੀ 15 ਸੈਂਟੀਮੀਟਰ ਤੇ ਹੀ ਬਣੇਗੀ ਜਾ ਕੇ। ਥਰਡ ਕੀ ਆ, ਲਿਟਰਲੀ ਇਨਵਰਜਨ ਮੀਨਸ ਤੁਹਾਡਾ ਲੈਫਟ ਰਾਈਟ ਦਿਖਾਈ ਦਿੰਦਾ ਆ, ਰਾਈਟ ਤੁਹਾਡਾ ਕੀ ਆ ਲੈਫਟ ਦਿਖਾਈ ਦਿੰਦਾ ਆ। ਨੈਕਸਟ ਸਾਡਾ ਕੀ ਆ ਗਿਆ, ਵਰਚੁਅਲ ਤੇ ਇਰੈਕਟ। ਵਰਚੁਅਲ ਮੀਨਸ ਅਸੀਂ ਸਾਨੂੰ ਇਹ ਬੈਕਵਰਡ ਨੂੰ ਐਕਸਟੈਂਡ ਕਰਾ ਕੇ ਇੱਕ ਪੁਆਇੰਟ ਤੇ ਮੀਟ ਕਰਦੇ ਆ, ਠੀਕ ਹੈ, ਉਸ ਇਮੇਜ ਨੂੰ ਅਸੀਂ ਕੀ ਬੋਲ ਦਿੰਦੇ ਆ ਵਰਚੁਅਲ। ਇਰੈਕਟ ਮੀਨਸ ਹਮੇਸ਼ਾ ਸਿੱਧੀ ਬਣਦੀ ਆ, ਜਿੱਦਾਂ ਦਾ ਆਬਜੈਕਟ ਹੁੰਦਾ ਆ ਉਦਾਂ ਹੀ ਇਮੇਜ ਸਿੱਧੀ ਬਣਦੀ ਹੈਗੀ ਆ। ਆਈ ਹੋਪ ਤੁਹਾਨੂੰ ਪਲੇਨ ਮਿਰਰ ਦੇ ਵਿੱਚ ਇਮੇਜ ਕਿਵੇਂ ਬਣਦੀ ਆ ਉਹ ਕਨਸੈਪਟ ਤੁਹਾਡਾ ਕਲੀਅਰ ਹੋ ਗਿਆ ਹੋਏਗਾ, ਠੀਕ ਹੈ, ਉਹਦੇ ਕੀ ਕੈਰੈਕਟਰਿਸਟਿਕਸ ਹੁੰਦੇ ਆ ਉਹ ਵੀ ਕਲੀਅਰ ਹੋ ਗਏ ਹੋਣਗੇ। ਨੈਕਸਟ ਅਸੀਂ ਪੜਾਂਗੇ ਸਫੈਰੀਕਲ ਮਿਰਰ। ਨੈਕਸਟ ਐਪਲੀਕੇਸ਼ਨ ਕੀ ਹੈਗੀ ਆ ਰਿਫਲੈਕਸ਼ਨ ਦੀ, ਸਫੈਰੀਕਲ ਮਿਰਰ, ਠੀਕ ਹੈ। ਸਫੈਰੀਕਲ ਮਿਰਰ ਜਿਹੜੇ ਆ ਦੋ ਤਰ੍ਹਾਂ ਦੇ ਹੁੰਦੇ ਆ,
मिरर। स्फेरिकल मिरर दो तरह के होंगे, एक साडे कोल केड़ा होंदा है, कनकेव मिरर होंदा है, ठीक है, एक साडे कोल की होंदा है, कनवेक्स मिरर होंदा है, ठीक है। नेक्स्ट साडी एप्लीकेशन की हैगी है, रिफ्लेक्शन ऑफ लाइट दी स्फेरिकल मिरर। स्फेरिकल नाम स्फेरिकल का मतलब की है कि मान लो स्फीयर है, ठीक है, स्फीयर का ही मैं एक पार्ट नू एज अ मिरर की तरह यूज करना है, उन्होंने असं की बोल दें स्फेरिकल मिरर। मीनस आ स्फीयर आ, स्फीयर का मैं एक पार्ट ले लैनी, चाहे इधर वाला ले लो चाहे इधर वाला ले लो, है तो स्फीयर का ही पार्ट आ। स्फीयर के एक पार्ट नू मैं एज अ मिरर यूज करा, ठीक है, एक साइड तो मैं पॉलिश करके एज अ मिरर यूज करा, तो दैन ए वाले मिरर नू फिर असं की बोलेंगे स्फेरिकल मिरर, ठीक है। ये दो तरह के होंगे, फर्स्ट साडा की होंगे कनकेव मिरर एंड सैकेंड साडा की होंगे कनवैक्स मिरर, ठीक है। कनकेव मिरर की होंगे, ठीक है, जिदी आउटर सरफेस की हो पॉलिश हो, इनर रिफ्लैक्शन किधरों हो, इनर सरफेस तो हो, ठीक है। मान लो आ रे ऑफ लाइट आई इधरों रिफ्लैक्ट होके इधर वापस चलेगी, ठीक है। मीन्स रिफ्लैक्शन इनर साइड तो हुई है, पॉलिश ए बाहरली साइड तो हैगी है, दैन ए वाले मिरर नूं असीं की बोल दिंदे आ कनकेव मिरर, ठीक है। ऑन दी अदर हैंड कनवैक्स मिरर किहड़ा हुंदा आ, ए वाला, ठीक है, कि जिहदी इनर साइड मैं पॉलिश करदा, इहदी मैं आउटर साइड पॉलिश कीती सी, इहदी मैं इनर साइड पॉलिश कीती आ, ते रिफ्लैक्शन किधरों हो गए आउटर साइड तो, ठीक है। ए लाइट आई आ रिफ्लैक्ट होके इधर नू वापस चलेगी, ठीक है। मीन्स एदी जिहड़ी रिफ्लैक्शन आ आउटर सरफेस तो हुंदी आ, इनर सरफेस इहदी पॉलिश दा, दैट मिरर इज नोन एज द कनवैक्स मिरर, ठीक है। हुण तुहानू मैं एक एग्जाम्पल दिंदी आ, स्पून तुहाडे सारे घरां दे विच हुंदा ना, एक स्पून आ, ठीक है, सारे घरां दे विच हुंदा आ। हुण देखो आ जिहड़ा सरफेस आ, ठीक है, हुण जेकर तां इधरों लाइट हुण इधर पै रही आ, ठीक है, मतलब इहदा जिहड़ा आ आ रिफ्लैक्शन आउटर साइड तो हो रही है, आउटर साइड तो इधरली साइड मान लो मैं पॉलिश की आउटर साइड तो रिफ्लैक्ट होके लाइट वापस जा रही है, तो जो आउटर साइड तो रिफ्लैक्ट होके लाइट वापस जा रही है, तो फिर वो वाला मिरर की होंगे आ कनवैक्स मिरर। मीनस स्पून का जोड़ा आ वाला हिस्सा हैगा आ, इनू असं की बोलेंगे कनवैक्स मिरर, ठीक है। तो हम देखो आ इनर साइड देख लो, तुम इनर साइड की मेरा आउटर साइड पॉलिश करती, रिफ्लैक्शन इधरों लाइट आएगी इधर जाएगी, मीनस इनर साइड तो रिफ्लैक्शन होएगी, तो जो साडे कोल इनर साइड तो रिफ्लैक्शन होंदी आ, तो वो वाला केड़ा मिरर होंदा आ कनकेव मिरर। दैट मीनस जिहड़ा स्पून दा आ जिहड़ा बल्ज वाली साइड आ बाहर नूं जिहड़ा थोड़ा उभरिया होया आ, वह केड़ा मिरर वा कनवैक्स मिरर, ते जिहड़ा साडा इनर वाला पार्ट आ इह साडा केड़ा मिरर हैगा आ कनकेव मिरर, ठीक है। आई होप तुहानू इहदा कंसैप्ट क्लीयर हो गया होगा, जेकर तुहानू इन्ना ही अजे तक नहीं समझ लग्या तो फिर तुहानू अगे कुछ भी समझ नहीं लगना, ठीक है। मैं दोबारा एक्सप्लेन कर दिंदी हाँ, स्फेरिकल मिरर की हुंदा आ कि असीं जदों एक स्फीयर नू स्फीयर दा एक पार्ट नू असीं एज अ मिरर यूज करदे हां, उहनू असीं की बोल दिंदे हां स्फेरिकल मिरर। स्फेरिकल मिरर जिहड़े साडे दो तरह दे हुंदे आ, एक हुंदा आ कनकेव मिरर एंड एक हुंदा साडे कोल कनवैक्स मिरर। कनकेव मिरर केड़ा हुंदा आ, मान लो जे मैं स्फीयर दा आ वाला पार्ट रह गया, ठीक है, एदा मैं आ वाला बाहरों आउटर साइड में पॉलिश करदा, ठीक है, ते इनर साइड तो रिफ्लैक्शन होवे, आउटर साइड में पॉलिश करती आ, इनर साइड तो रिफ्लैक्शन होके लाइट जा रही है, ठीक है, ते ए वाले मिरर नूं असीं की बोलांगे कनकेव मिरर, ठीक है। उसे तरह ही कनवैक्स मिरर की जे मान लो मैं ओदी इनर साइड आ वाली इनर साइड पॉलिश करती आ, ते रिफ्लैक्शन किधरों होवे आउटर साइड तो, इधरों लाइट आई रिफ्लैक्ट होके वापस चलेगी, मीन्स रिफ्लैक्शन जिहड़ी आ आउटर साइड तो हुई आ, पॉलिश जो इनर साइड तो हैगी आ, दैट मिरर इज नोन एज द कनवैक्स मिरर। जिदा मैं तुहानू हुणे स्पून दी एग्जाम्पल दित्ती कि स्पून दा आ वाला जिहड़ा हिस्सा आ जिहड़ा थोड़ा बल्ज हैगा आ, ठीक है, इह की आ इहदी देखो आउटर वाला सरफेस जिहड़ी आ उहतों रिफ्लैक्शन हो रही आ, इनर वाली उह पॉलिश आ, ठीक है। ए वाला हिस्सा फिर किहड़ा वा कनवैक्स मिरर, ते जिहड़ा ए वाला हिस्सा होएगा इहदा देखो इनर साइड तो रिफ्लैक्शन हो रही है, आउटर साइड तो की आ पॉलिश आ, ते ए वाला फिर मिरर जिहड़ा अंदर वाला हिस्सा है वह किहड़ा हैगा आ कनकेव मिरर, ठीक है। आई होप तुहानू ए वाला लैक्चर
पसंद आया होगा। जेकर तुहानू मेरा लैक्चर पसंद आया तो प्लीज़ इनू लाइक शेयर एंड सबसक्राइब करना ना भूलना। ठीक है, थैंक यू।